पंजाब चैनल देख रहे सारे ही दर्शकों को प्यार भरी सत श्रीकाल जी। सत श्रीकाल वीरो, मिशन पंजाब ते अक्सर ही असी पंजाब दे मसले, पंजाब दीआं मुश्किलां उन्हां दी गल करदे रहिंदे आं, तुहाडी कचहरी च पेश करदे रहिंदे आं। धन्नवाद तुहाडा सारिआं दा, तुसीं प्यार दिंदे हो, सुणदे हो ते फोन करके शाबाशी भी दिंदे हो, जिहदे नाल साडा हौसला वधदा रहिंदा। असीं सोचिआ कि पंजाब दे मसले मुश्किलां इन्हां दे बारे गल्लबात लगातार जारी रहिणी आ ते हमेशा करदे रहिणा वा, लेकिन हुण असीं सोचिआ कि कुछ असीं अपने निजी तजर्बे जिहड़े असीं अपनी जिंदगी ते हंडाए आ ते उहनां दे विच जिहड़े सेहत नाल रिलेटड ने, जीवन जाच आ, उह वी तुहाडे नाल सांझे करिए। क्योंकि जे सानूं कोई फायदा होया जां असीं कुछ बेनीफिट लिया जां असीं कुछ सिख्या ते साडे तुसीं भैण भरा जे, साडे तुसीं अजीज जे, ते असीं चाहुंदे कि तुसीं वी उस तों कोई फायदा लो। असीं तुहानूं गल्लां उही दसणियां ने जिहड़ियां प्रैक्टिकली असीं कीतियां, जां तजर्बेकार बंदे जिहड़े मैडिकल लाइन दे डॉक्टर ने उहनां ने सानूं दसियां। इह पूरी जिहड़ी भरोसेयोगता वाली गल ही तुहाडे ते आई पेश करनी आ। ते सिद्धू साहब, मैं तुहानूं इह बेनती करनी कि जिहड़े अपने अमेरिका वाले तुहाडे डॉक्टर ने जिन्हां दा बड़ा नाम आ ते जिहड़ी तुहाडे नाल उहनां दी इंग्लिश च गल्लबात होई आ उहनूं आपां पंजाबी च, क्योंकि बहुत सारे स्रोते अपनी इंग्लिश जानदे ने, इत्थे कोई दो रहि नहीं, पर कुछ सज्जण ने जिहड़े इंग्लिश नहीं जानदे, नाले पंजाबी अपनी मातृ भूमि है ते अपनी पंजाबी मातृ भाषा वा, ते आपां उहनूं ही प्रमोट करिए। ते तुसीं पंजाबी दे विच उह सारा दसो वी उहनां ने किद्दां उह जिहड़ा तजर्बा मैं वी कीता, लेकिन तुसीं उह दसो जिहड़ा वी हार्ट अटैक दा जिहड़ा बहुत प्रचलन आ अजकल, नौजवानां नूं हार्ट अटैक होई जा रहे ने। पहलों हुंदा सी कि 60 साल तो बाद हार्ट अटैक होया, लेकिन अजकल कोई एज लिमिट ही नहीं रहेगी, 18 साल तो लैके ही हार्ट अटैक शुरू हो गया। ਉਹ ਜਿਹੜੀ ਗੱਲਬਾਤ ਕੀਤੀ ਆ ਉਹ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ। ਬਿਲਕੁਲ ਜੀ ਬਿਲਕੁਲ, ਇਹ ਤੇ ਜਾਤੀ ਤਜਰਬਾ ਜਾਣਕਾਰੀ ਜੇ ਕੋਈ ਮਿਲੇ ਤੇ ਉਹ ਸ਼ੇਅਰ ਕੀਤਿਆਂ ਵੱਧ ਹੀ ਆ, ਔਰ ਸ਼ਾਇਦ ਇੱਕ ਅੱਧੇ ਸੱਚਨ ਨੂੰ ਵੀ ਕੋਈ ਫਾਇਦਾ ਹੋ ਗਿਆ ਤੇ ਆਪਾਂ ਸਮਝਾਂਗੇ ਕਿ ਆਪਣਾ ਸਮਾਂ ਲਾਇਆ ਜਿਹੜਾ ਉਹ ਸਾਰਥਿਕ ਹੋ ਗਿਆ। ਬਿਲਕੁਲ ਜੀ ਬਿਲਕੁਲ। ਉਹ ਮਿੱਤਰ ਨੇ ਜੀ, ਆਪਣੇ ਪਰਮ ਮਿੱਤਰ ਨੇ ਬਹੁਤ ਉਹਨਾਂ ਦੀ ਸਪੋਰਟ ਰਹਿੰਦੀ ਸਾਡੇ ਕਾਰੋਬਾਰ ਬਿਜ਼ਨਸ 'ਚ ਵੀ, ਔਰ ਡਾਇਟ ਕੱਲੀ ਕੱਲੀ ਚੀਜ਼ ਉਹਨਾਂ ਨੂੰ ਜਿਹੜੀ ਇੰਡੀਗ੍ਰੈਂਟਸ ਨੇ ਆਪਾਂ ਖਾਂਦੇ ਹਾਂ ਜਾਂ ਦੈਟਸ ਫੋਰ ਫੀਡ ਔਰ ਫੂਡ, ਹੀ ਇਜ਼ ਮਾਸਟਰ ਇਨ ਦੈਟ, ਹੀ ਇਜ਼ ਪੀ ਐਚ ਡੀ, ਵੈਰੀ ਕੁਆਲੀਫਾਈਡ, ਚੰਗਾ ਤਜਰਬਾ ਉਹਨਾਂ ਨੂੰ। ਤੇ ਹੋਇਆ ਇਹ ਜੀ ਪਰਵਾਲ ਸਾਹਿਬ ਕਿ ਆ ਜਦੋਂ ਨਾ ਜੀ ਹੁਣ ਸਿਆਲ ਮੁੱਕਿਆ ਆਪਣੇ, ਤੇ ਬੜੀਆਂ ਪਨੀਰੀਆਂ ਪਨੀਰੀਆਂ ਖਾਧੀਆਂ ਸੀ, ਅਲਸੀ ਖਾਧੀ, ਬੇਸਣ ਖਾਧਾ, ਗਜਰੇਲੇ ਖੋਏ ਖਾਧੇ ਜੀ, ਧੰਨਵਾਦ ਵੈਸੇ ਜਿਹਨਾਂ ਨੇ ਖਵਾਏ ਕੱਲੇ ਕੱਲੇ ਦਾ। ਤੇ ਹੋਇਆ ਇਹ ਵੀ ਉਹ ਜਦੋਂ ਉੱਤੋਂ ਕੋਟ ਲੱਥੇ, ਸਵੈਟਰ ਲੱਥੇ, ਤੇ ਉਹ ਬਟਨ ਥਾਣੀ ਢਿੱਡ ਬਾਹਰ ਝਾਕਣ ਲੱਗ ਪਿਆ, ਮੈਂ ਹੋਇਆ ਇਹਦੇ ਕੰਮ ਖਰਾਬ ਹੋ ਗਿਆ ਜੀ, ਭਾਰਾ ਹੋ ਗਿਆ ਸਰੀਰ। ਤੇ ਸਾਰਿਆਂ ਨਾਲ ਏਦਾਂ ਹੋਇਆ ਹੋਣਾ ਮੈਨੂੰ ਲੱਗਦਾ, ਆਪਣੇ ਵੀਰ ਭਰਾਵਾਂ ਨਾਲ, ਇੱਕ ਲੋਕਡਾਊਨ ਚ ਥੋੜਾ ਜਿਹਾ ਜਿਆਦਾ ਖਾਧਾ ਗਿਆ, ਤੇ ਥੋੜੀ ਘਬਰਾਹਟ ਹੋਈ ਵੀ ਓਵਰਵੇਟ ਹੋਣਾ ਤੇ ਚੰਗੀ ਗੱਲ ਨਹੀਂ, ਫੁੱਲ ਬੋਡੀ ਟੈਸਟ ਕਰਾਇਆ, ਚਲੋ ਸੁੱਖੀ ਸਾਂਦੀ ਸਹੀ ਆਏ। ਤੇ ਮੈਂ ਉਹਨਾਂ ਨਾਲ ਇਹ ਸ਼ੇਅਰ ਕੀਤਾ ਜੀ, ਮੈਂ ਕਿਹਾ ਜੀ ਏਦਾਂ ਵਾ, ਉਹ ਕਹਿੰਦੇ ਕਿ ਤੁਸੀਂ ਹਾਰਟ ਵਾਲਾ ਆਪਣਾ ਚੈੱਕ ਕਰ ਲਿਆ ਸਿਸਟਮ, ਮੈਂ ਕਿਹਾ ਜੀ ਈ ਸੀ ਜੀ ਉਹ ਕਰਦੇ ਫੁੱਲ ਬੋਡੀ ਚੈੱਕਅਪ 'ਚ, ਮੈਂ ਕਿਹਾ ਉਹ ਸਹੀ ਆਈ ਆ, ਕਹਿੰਦੇ ਈ ਸੀ ਜੀ ਕਰਦੇ ਆ ਉਹਨੂੰ ਭੁੱਲ ਜਾਓ, ਤੁਹਾਨੂੰ ਮੈਂ ਇੱਕ ਮਿੰਟ ਕੱਢਣਾ ਤੁਸੀਂ, ਔਰ ਤੁਸੀਂ ਸਾਰਿਆਂ ਵੀ ਕੱਢਣਾ ਜੀ, ਬਿਲਕੁਲ ਬਿਲਕੁਲ, ਸੁਣਨਾ ਵਾ ਔਰ ਕਰਨਾ ਵੀ ਆ, ਇੱਕ ਮਿੰਟ 'ਚ ਇਹ ਪਤਾ ਲੱਗ ਜਾਏਗਾ ਵੀ ਤੁਹਾਡੇ ਹਾਰਟ ਦੀ ਕੀ ਪੋਜੀਸ਼ਨ ਹੈ। ਉਹ ਕਹਿੰਦੇ ਵੀ ਤੁਸੀਂ ਆਪਣੀ ਪਲਸ ਚੈੱਕ ਕਰ ਲੈਣੀ, ਤੁਸੀਂ ਤੇ ਭਰੋਸਾ ਕੀਤੀ ਆ, ਤਜਰਬਾ ਕਰ ਲਿਆ, ਕਰ ਲਿਆ, ਤੇ ਉਹ ਕਾਰਗਰ ਵੀ ਆ ਆਪਣੀ ਪਲਸ ਚੈੱਕ ਕਰਨੀ ਜੀ। ਜਦੋਂ ਤੁਸੀਂ ਪਲਸ ਚੈੱਕ ਕਰਦੇ ਹੋ ਉਹ 72 ਹੁੰਦੀ ਹੈ, ਇੱਕ ਮਿੰਟ ਦੀ ਮੋਟੀ ਮੋਟੀ, ਹਾਂ ਇੱਕ ਮਿੰਟ ਘੜੀ ਦੇ ਮੁਤਾਬਕ, ਇੱਕ ਮਿੰਟ ਦਾ ਤੁਸੀਂ ਹੱਥ ਮਤਲਬ ਚੈੱਕ ਕਰ ਲੈਣਾ, ਤੁਹਾਡੀ ਗਿਣਤੀ ਕਰ, ਤੁਸੀਂ ਅੱਧਾ ਅੱਧਾ ਮਿੰਟ ਕਰ ਲਓ, 36 ਤੇ ਉਹਨੂੰ ਦੋਣਾ ਗੁਣਾ ਹੋ ਜਾਏ ਤੇ ਆਪੇ 72 ਕਿੰਨੀ ਵੀ ਆਉਂਦੀ ਹੈ ਤੁਹਾਡੀ, ਉਹ ਡਰਨ ਵਾਲੀ ਨਹੀਂ ਗੱਲ, ਉਹ 2-4 ਵੱਧ ਵੀ ਹੋ ਸਕਦੀ ਤੇ 2-4 ਘੱਟ ਵੀ ਹੋ ਸਕਦੀ, ਦੈਟ ਇਜ਼ ਕੰਫਰਟ, 60 ਵੀ ਆ ਸਕਦੀ ਹੈ, 74 ਵੀ ਆ ਸਕਦੀ, ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ, ਉਹਦਾ ਹਾਰਟ ਦੀ ਅਜੇ ਤੱਕ ਕੋਈ ਡਿਜ਼ੀਜ਼ ਨਾ ਉਹਦਾ ਨਹੀਂ ਸੰਬੰਧ ਹੋਇਆ। ਫਿਰ ਤੁਸੀਂ ਕੀ ਕਰਨਾ ਹੈ ਜੀ, ਕੋਈ ਵੀ ਇੰਟੈਂਸ ਐਕਸਰਸਾਈਜ਼ ਕਰਨੀ ਹੈ, ਇੰਟੈਂਸ ਐਕਸਰਸਾਈਜ਼ ਮੀਨਸ ਆਈਦਰ ਰਨਿੰਗ, ਤੁਸੀਂ ਦੌੜ ਲਾ ਲਓ, ਤੁਸੀਂ ਜਲਦੀ ਜਲਦੀ ਪੌੜੀਆਂ ਚੜ ਜਾਓ, ਤੁਸੀਂ ਰੱਸੀ ਟੱਪ ਲਓ, ਇੱਕ ਮਿੰਟ ਦਾ ਸਮਾਂ, ਹਾਂ ਇੱਕ ਮਿੰਟ ਦਾ ਪੂਰਾ, ਐਂ ਰੀਝ ਨਾਲ ਜ਼ੋਰ ਲਾ ਕੇ ਜੀ, ਜ਼ੋਰ ਲਾ ਕੇ ਆਪਣੀ ਪੂਰੀ ਹਿੰਮਤ ਲਾ ਕੇ ਉਹ ਕਰਨ ਤੋਂ ਬਾਅਦ ਫਿਰ ਆਪਣੀ ਨਬਜ਼ ਚੈੱਕ ਕਰਨੀ ਜੀ, ਪਲਸ ਚੈੱਕ ਕਰਨੀ ਆ, ਉਹ ਕਿਸੇ ਦੀ ਹੋ ਸਕਦਾ 120 ਆਵੇ, 125 ਆਏ, 30 ਆਏ, 35 ਆਏ, 40 ਆਏ, 50 ਆਏ, 60 ਆਏ, ਉਹ ਵੀ ਕੋਈ ਉੱਥੋਂ ਤੱਕ ਵੀ ਡਰਨ ਵਾਲੀ ਗੱਲ ਨਹੀਂ, ਫਿਰ ਤੁਸੀਂ ਇੱਕ ਮਿੰਟ ਨਾਲ ਜੀ ਰੈਸਟ ਦੇਣੀ ਆ, ਅਸੀਂ ਬੈਠ ਜਾਣਾ ਆਪਣੇ ਸਰੀਰ ਨੂੰ ਐਂ ਰਿਲੈਕਸ ਕਰ ਲੈਣਾ। ਹੁਣ ਅਸਲ ਟੈਸਟ ਸ਼ੁਰੂ ਹੋਣਾ ਜੀ, ਡਾਕਟਰ ਸਾਹਿਬ ਦੇ ਕਹਿਣ ਮੁਤਾਬਕ, ਜੇ ਤੇ ਕਹਿੰਦੇ ਆ ਵੀ ਜੇ ਫਰਜ਼ ਕਰੋ ਤੁਹਾਡੀ 150 ਪਲਸ ਆਈ ਸੀ ਤੇ ਉਹਦੇ ਚੋਂ ਜਦੋਂ ਤੁਸੀਂ ਇੱਕ ਮਿੰਟ ਬਾਅਦ ਚੈੱਕ ਕੀਤੀ ਤੇ ਉਹ 12 ਪੁਆਇੰਟ ਘੱਟ ਗਈ, ਠੀਕ ਹੈ ਜੀ, ਮਤਲਬ 138 ਰਹਿ ਗਈ, 138, 39, 40, 41, 42 ਕਿਤੇ ਰਹਿੰਦੀ ਆ, ਤੇ ਉਹ ਕਹਿੰਦੇ ਵੀ ਤੁਹਾਨੂੰ ਨਾ ਜੀ ਜ਼ਬਰਦਸਤ ਰਿਸਕ ਵਾ ਹਾਰਟ ਅਟੈਕ ਹੋਣ ਦਾ ਕਿਸੇ ਨੂੰ, ਤੇ ਜੇ ਉਹ 13-20 ਘਟੀ, ਮਤਲਬ 130-137 ਆ ਗਈ, ਤੇ ਫਿਰ ਸਮਝੋ ਵੀ ਅਜੇ ਵੀ ਤੁਹਾਨੂੰ ਮਾੜਾ ਮੋਟਾ ਰਿਸਕ ਹੈਗਾ ਵੀ ਹੋ ਵੀ ਸਕਦਾ, ਪਹਿਲੇ ਕੇਸ 'ਚ ਹੋਊਗਾ ਹੀ ਹੋਊਗਾ ਜੇ ਤੁਸੀਂ ਨਾ ਸੁਧਰੇ, ਦੂਜੇ ਕੇਸ 'ਚ ਹੋ ਵੀ ਸਕਦਾ, ਤੇ ਜੇ ਤੁਸੀਂ ਸਮਝੋ ਵੀ ਉਹ 20-40 ਆ ਗਈ, ਘੱਟ ਘੱਟ 150 ਆਦੇ
ਮਤਲਬ 130 ਤੋਂ ਥੱਲੇ ਨੂੰ ਆ ਗਈ। ਹਾਂ 130 ਤੋਂ ਥੱਲੇ ਨੂੰ ਆ ਗਈ, 110 ਤੱਕ ਆ ਗਈ। ਫਿਰ ਕਹਿੰਦਾ ਵੀ ਠੀਕ ਆ, ਤੁਹਾਡਾ ਸਰੀਰ ਟੱਲੀ ਜਾਏਗਾ, ਫਿਰ ਟੈਨਸ਼ਨ ਨਹੀਂ ਕਰਨੀ। ਤੇ ਕਈਆਂ ਸੱਜਣਾਂ ਦੀ ਉਹ 110 ਤੋਂ ਵੀ ਘੱਟ ਜਾਂਦੀ ਹੈ ਉਸ ਸਮੇਂ, ਤੇ ਹੋਰ ਨੋਰਮਲ ਹੋ ਜਾਂਦੀ ਹੈ। ਮਤਲਬ ਹੋ ਸਕਦਾ ਕਿਸੇ ਦੀ 90 ਆ ਜਾਏ, ਕਿਸੇ ਦੀ 80 ਆ ਜਾਏ, ਉਹ ਤਾਂ ਸਮਝੋ ਅਥਲੀਟ ਆ, ਉਹ ਤੇ ਖਿਡਾਰੀ ਆ। ਹੁਣ ਆਪੋ ਆਪਣਾ ਸਾਰੇ ਸੱਜਣੋ ਚੈੱਕ ਕਰ ਲਓ, ਜੇ ਕਿਸੇ ਦਾ ਵਜਨ ਜ਼ਿਆਦਾ ਤੇ ਉਹਨੂੰ ਘਟਾ ਲਓ। ਮੈਂ ਕਿਹਾ ਜੀ ਹਾਲ ਡਾਕਟਰ ਸਾਹਿਬ, ਜੇ ਰੱਬ ਨਾ ਕਰੇ ਕਿਸੇ ਨੂੰ ਇਹ ਪ੍ਰੋਬਲਮ ਹੋਵੇ, ਉਹ ਕਹਿੰਦੇ ਜੀ ਸੈਰ ਕਰਨੀ, ਐਕਸਰਸਾਈਜ਼ ਕਰਨੀ, ਜੋਗਿੰਗ ਕਰਨੀ, ਜੋ ਵੀ ਕਰਨਾ ਉਹ ਕਰਨਾ ਜ਼ਰੂਰ ਆ, ਆਪਣਾ ਵਜਨ ਘਟਾਉਣਾ ਨਹੀਂ। ਵਜਨ ਤਾਂ ਕਹਿੰਦੇ ਚਰਬੀ ਆ, ਇਹਦੀ ਆਪਾਂ ਨੂੰ ਲੋੜ ਨਹੀਂ, ਉੱਦਾਂ ਸਰੀਰ ਚੁੱਕੀ ਫਿਰਦਾ। ਅਤੇ ਜਿਹੜੀ ਵੀ ਤੁਸੀਂ ਐਕਸਰਸਾਈਜ਼ ਕਰਨੀ ਆ ਨਾ ਜੀ, ਉਹ 'ਚ ਰਿਲੈਕਸ ਕਰਨਾ। ਆਪਾਂ ਤੁਸੀਂ ਆਪ ਜਾਣਦੇ ਹੋ ਜੀ, ਆਪਾਂ ਸਪੋਜ਼ ਕਰੋ ਚੌਥੀ ਮੰਜ਼ਿਲ ਦੇ ਅੰਦਰ ਬੈਠੇ ਹਾਂ ਅਤੇ ਕੋਈ ਚਾਰ ਸੱਜਣ ਆਉਂਦੇ ਨੇ, ਕਿਸੇ ਦਾ ਸਾਹ ਨਹੀਂ ਰਲਦਾ ਅਤੇ ਕੋਈ ਚੰਗਾ ਭਲਾ ਹੁੰਦਾ। ਜਦੋਂ ਇੱਕ ਬੋਡੀ ਦਾ ਸਿਸਟਮ ਹੈ ਜੀ, ਜਿਹੜਾ ਨਰਵਸ ਸਿਸਟਮ ਜਿਹੜਾ ਉਹਨੂੰ ਕੰਟਰੋਲ ਕਰਦਾ, ਉਹ ਹਮੇਸ਼ਾ ਬੋਡੀ ਨੂੰ ਨੋਰਮੈਲਸੀ 'ਚ ਰੱਖਦਾ। ਜਦੋਂ ਉਹ ਡਿਸਟਰਬ ਹੁੰਦਾ ਹੈ, ਉਦੋਂ ਹੀ ਪ੍ਰੋਬਲਮਸ ਆਉਂਦੀਆਂ ਨੇ। ਉਹ ਡਿਸਟਰਬ ਹੋਣ ਦਾ ਮੇਨ ਕਾਰਨ ਇਹ ਹੁੰਦਾ ਹੈ ਕਿ ਬਲੱਡ ਵੈਸਲਸ ਰਾਹੀਂ ਆਪਣੇ ਸਰੀਰ ਨੂੰ, ਆਪਣੇ ਸੈਲਸ ਨੂੰ ਪ੍ਰੋਪਰ ਆਕਸੀਜਨ ਅਤੇ ਜਿਹੜਾ ਹੈ ਬਲੱਡ ਦੀ ਸਪਲਾਈ ਨਹੀਂ ਹੋ ਰਹੀ ਹੁੰਦੀ। ਸੋ ਸਾਰੇ ਆਪਾਂ ਵੇਖੀਏ, ਇਹਨੂੰ ਇਹਨੂੰ ਚੈੱਕ ਕਰੀਏ ਜੀ। ਅਤੇ ਮੈਂ ਇਹ ਕਹਿੰਦਾ ਵੀ ਜੇ ਰੱਬ ਨਾ ਕਰੇ ਕਿਸੇ ਨੂੰ ਮੁਸ਼ਕਲ ਆਉਂਦੀ ਇਹ ਟੈਸਟ 'ਚ, ਉਹ ਹੁਣੇ ਅਲਰਟ ਹੋ ਜੇ। ਹਾਂ ਹਾਂ, ਇਹ ਜੀ ਵੀ ਉਹਦਾ ਬਚਾਅ ਕਰਾਓ, ਉਹਦੀ ਸੈਰ ਕਰੋ, ਆਪਣਾ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਥੋੜ੍ਹਾ ਜਿਹਾ ਕੰਟਰੋਲ ਕਰੋ, ਤਲੇ ਮਿਲੇ ਚੀਜ਼ਾਂ ਛੱਡ ਦਿਓ ਅਤੇ ਡਾਕਟਰ ਨਾਲ ਸਲਾਹ ਕਰੋ। ਬਿਲਕੁਲ ਸਹੀ ਹੈ, ਤਾਂ ਜੋ ਤੰਦਰੁਸਤ ਜੀਵਨ ਹੀ ਆ ਜੀ, ਇਹ ਜ਼ਿੰਦਗੀ ਆ ਅਤੇ ਜਾਣਿਆ ਤਾਂ ਜਾਣਿਆ। ਬਹੁਤ ਸਹੀ ਜੀ, ਮੈਂ ਡਾਕਟਰ ਸਾਹਿਬ ਦਾ ਧੰਨਵਾਦੀ ਹਾਂ, ਉਹਨਾਂ ਗਾਈਡ ਕੀਤਾ ਅਤੇ 4 ਕਿਲੋ ਵਜਨ ਵੀ ਮੇਰਾ ਘੱਟ ਗਿਆ ਜੀ, ਸਭ ਕੁਝ ਸਿਸਟਮ ਸੈੱਟ ਆ। ਮੈਂ ਚਾਹੁੰਦਾ ਵੀ ਸਾਰੇ ਮੇਰੇ ਵੀਰ ਭੈਣਾਂ ਜਿਹੜੇ ਸਾਨੂੰ ਸੁਣਦੇ ਆ ਸੁਰੂ 'ਤੇ, ਉਹ ਥੋੜ੍ਹਾ ਜਿਹਾ, ਕਿਉਂਕਿ ਜੇ ਆਪਾਂ ਤੰਦਰੁਸਤ ਹਾਂ ਅਤੇ ਤਾਂ ਹੀ ਤੰਦਰੁਸਤ ਸਮਾਜ ਦੀ, ਤਾਂ ਹੀ ਤੰਦਰੁਸਤ ਪੰਜਾਬ ਦੀ ਸਿਰਜਣਾ ਹੋਣੀ ਆ, ਤਾਂ ਹੀ ਆਪਣੇ ਪਰਿਵਾਰਾਂ 'ਚ ਆਪਾਂ ਹੱਸ ਖੇਡਦੇ ਰਹਾਂਗੇ ਜੀ। ਬਿਲਕੁਲ ਜੀ, ਅੱਜ ਦਾ ਸਾਡਾ ਮੋਟੋ ਇੰਨਾ ਹੀ ਵੀਰੋ, ਕਿ ਤੁਹਾਨੂੰ ਜਿਹੜੀ ਜਾਣਕਾਰੀ ਸਾਡੇ ਕੋਲ ਆਈ ਆ ਉਹ ਤੁਹਾਡੇ ਨਾਲ ਸਾਂਝੀ ਕਰੀਏ, ਤਾਂ ਜੋ ਸਾਡਾ ਕੋਈ ਵੀਰ ਭੈਣ ਭਰਾ ਕਈ ਵੀ ਆ ਜਿਹੜਾ ਉਹ ਇਹ ਤਜਰਬੇ ਦਾ ਲਾਭ ਲਵੇ। ਅਤੇ ਜੇ ਕਿਸੇ ਦਾ 19 ਕਮੀ ਪੇਸ਼ੀ ਵੀ ਆ ਤਾਂ ਘਬਰਾਉਣਾ ਨਹੀਂ ਕਿਸੇ ਗੱਲੋਂ, ਸਿਰਫ ਇਹ ਆ ਕਿ ਸੈਰ ਸ਼ੁਰੂ ਕਰੋ ਅਤੇ ਆਪਣੀਆਂ ਡਾਇਟ ਦਾ ਧਿਆਨ ਰੱਖੋ ਅਤੇ ਨਾਲ ਮੁੜ ਕੇ ਡਾਕਟਰ ਦੀ ਸਲਾਹ ਵੀ ਲੈ ਲਓ। ਇਹ ਸਿਰਫ ਇਹ ਹੈਗਾ ਕਿ ਤੁਹਾਨੂੰ ਪਤਾ ਲੱਗ ਜਾਏਗਾ, ਕਿ ਇਹਨੇ ਹੁੰਦਾ ਨਾ ਯਾਰ ਬੰਦੇ ਨੂੰ ਪਤਾ ਨਹੀਂ ਲੱਗਾ ਕਿ ਪਤਾ ਲਾਉਣ ਦਾ ਤਰੀਕਾ ਵਾ, ਬਾਕੀ ਇਹ ਨਹੀਂ ਹੈਗਾ ਵੀ ਕੋਈ ਇਹਦੇ ਨਾਲ ਨੁਕਸਾਨ ਹੋਣਾ ਵਾ, ਇਹਦੇ ਨਾਲ ਤੁਸੀਂ ਜਿਹੜਾ ਅਲਰਟ ਹੋ ਜਾਓ। ਬਿਲਕੁਲ ਠੀਕ ਹੈ ਜੀ, ਸਾਰਿਆਂ ਸਤਿ ਸ਼੍ਰੀ ਅਕਾਲ, ਮਿਹਰਬਾਨੀ।